ਗੱਲਬਾਤ ਕਿਸ ਤਰ੍ਹਾਂ ਹੋਈ ਹੈ? ਇਹ ਆਖਾਂ ਦੇ ਉਸ ਤੋਂ ਬਾਅਦ ਮਾਫ਼ੀ ਮੰਗਣੀ ਚਾਹੀਦੀ, ਉਸ ਦੀ ਜੇਲ੍ਹ ਹੋਣੀ ਚਾਹੀਦੀ ਹੈ। ਕਦੇ ਉਹ ਆਖਦਾ ਕਿ ਹਿੰਦੂ ਜਿਹੜੇ ਮੰਦਰੇ ਜਾਂਦੇ ਹਨ ਅੱਖਾਂ ਮਾਰਦੇ ਹਨ, ਅੱਖਾਂ ਤੇਰੇ ਕਿਹੜੇ ਖਾਨਦਾਨ ਦੀਆਂ ਲੋਕ ਮਾਰੀਆਂ ਹਿੰਦੂ ਹੈ? ਸ਼ਰਮ ਕਰ, ਸ਼ਰਮ, ਵੋਟ ਹਿੰਦੂ ਦੇ 8500 ਟਕਾ ਟਕ ਟਕਾ ਟਕ, ਸ਼ਰਮ ਆਉਣੀ ਚਾਹੀਦੀ ਇਸ ਚੀਜ਼ ਬੰਦੇ ਕੀ। ਪੱਪੂ ਸਾਰੇ ਡੋਗਰੀ 'ਚ ਆਖਦੇ, ਪੱਪੂ ਆਖਦੇ ਨਿੱਕੇ ਬੱਚੇ ਜੀ ਜਿਹੜਾ ਗੋਲ ਮਟੋਲ ਹੁੰਦਾ ਨਾ ਉਸੀ ਪੱਪੂ ਆਖਦੇ, ਅਤੇ ਉਹਦੀ ਮਾਂ ਨੇ ਉਸੀ ਵੱਡਾ ਹੋਣ ਵੀ ਨਹੀਂ ਦਿੱਤਾ, ਉਸੀ ਪੱਪੂ ਰੱਖਿਆ, ਔਰ ਉਹ ਪੱਪੂ ਕੀ ਸਦਨ ਦੇ ਅੰਦਰ ਵਿਪਕਸ਼ ਦਾ ਨੇਤਾ ਬਣਾਈ ਉੜਿਆ। ਤਾਂ ਦੱਸੋ ਜਿਹੜਾ ਬੱਚਾ ਬੋਲੇਗਾ ਫਿਰ ਕਿਹਾ ਹੋਣਾ, ਅਤੇ ਬਾਕੀ ਜਿਹੜੇ ਨਾ ਬੁੱਢੇ ਉਹ ਮੇਰੇ ਤੋਂ ਤਬਾਹ। इस वक्त बजरंग दल के द्वारा शहीदी चौक में कांग्रेस ऑफिस के बाहर जो है वो प्रोटेस्ट चल रहा है। यहाँ पर राहुल गांधी की स्टेटमेंट के बाद जो रोष है वो देखने के लिए लोगों में दिख रहा है। जैसे कि कल बीजेपी वालों ने आकर कांग्रेस पार्टी के ऑफिस के बाहर आकर यहाँ प्रदर्शन किया, और आज बजरंग दल जो है वो यहाँ पे प्रदर्शन कर रहे हैं। आज तो 3-4 दिहाड़े पहले राहुल गांधी ने सदन के अंदर जेड़ा बयान दिता है, 110 ਕਰੋੜ ਹਿੰਦੂਆਂ ਦੀ ਜਿਹੜੀ ਆਸਥਾ ਕੀ ਉਹਨੇ ਪ੍ਰਹਾਰ ਕੀਤਾ ਹੈ, ਉੱਥੇ ਠੇਸ ਪਜਾਈ ਹੈ। ਰਾਹੁਲ ਗਾਂਧੀ ਇਹ ਪਹਿਲੀ ਘਟਨਾ ਨਹੀਂ ਹੈ, ਇਹਦੇ ਕੋਲੋਂ ਪਹਿਲਾਂ ਮੰਦਿਰ ਦੀ ਘਟਨਾ ਹੋਵੇ ਜਾਂ ਤਿਲਕ ਦੀ ਘਟਨਾ ਹੋਵੇ, ਇਸ ਪ੍ਰਕਾਰ ਦੇ ਬਿਆਨ ਵੀ ਹਮੇਸ਼ਾ ਹਿੰਦੂ ਸਮਾਜ ਦੇ ਖਿਲਾਫ ਦੇ ਚੁੱਕੇ ਦੇਣ, ਔਰ ਜਿਹੜਾ ਇਲੈਕਸ਼ਨ ਆਉਂਦੀ ਹੈ ਤਾਂ ਮੰਦਿਰਾਂ ਦੇ ਅੰਦਰ ਜਿਹੜਾ ਪੰਥ ਬਣੀ ਹੈ ਮੱਥਾ ਟੇਕਣਾ ਸ਼ੁਰੂ ਕਰ ਜੁੜਦੇ ਹਨ, ਔਰ ਉਹਦੇ ਬਾਅਦ ਜਿਹੜਾ ਇਲੈਕਸ਼ਨ ਹੋਈ ਜਾਂਦੇ ਜਿੱਤੀ ਜਾਂਦੇ ਥੋੜ੍ਹੀਆਂ ਜਿਹੀਆਂ ਸੀਟਾਂ ਵਧੀ ਜਾਂਦੀਆਂ, ਤਾਂ ਉਹ ਹਿੰਦੂ ਦੇ ਖਿਲਾਫ ਹਿੰਦੂਆਂ ਦੇ ਹਿੰਸਕ ਦੱਸਣਾ ਔਰ ਹਿੰਦੂਆਂ ਦੇ ਝੂਠਾ ਬੋਲਣਾ, ਇਸ ਪ੍ਰਕਾਰ ਦੀ ਸਭਿਤਾ ਜਿਹੜੀ ਸੰਸਕ੍ਰਿਤੀ ਹੈ ਉਹ ਕਾਂਗਰਸ ਦੀ ਹੈ। ਹਿੰਦੂ ਸੰਸਕ੍ਰਿਤੀ ਕਦੇ ਇਹ ਨਹੀਂ ਆਉਂਦੀ, ਨਾ ਹਿੰਦੂ ਸਮਾਜ ਦੇ ਅੰਦਰ ਕਦੇ ਹਿੰਸਾ ਕੀ ਬੜਾਵਾ ਦਿੱਤਾ ਗਿਆ, ਔਰ ਨਾ ਹੀ ਕਦੇ ਹਿੰਦੂ ਸਮਾਜ ਨੇ ਇਸੀ ਸਪੋਰਟ ਕੀਤਾ। ਲੇਕਿਨ ਰਾਹੁਲ ਗਾਂਧੀ ਪਤਾ ਨਹੀਂ ਕੁੱਤੂ ਇਹ ਸਭਿਤਾ ਸੰਸਕ੍ਰਿਤੀ ਸਿੱਖੀ ਆਉਂਦੇ ਨੇ, ਅਰੇ ਰਾਹੁਲ ਗਾਂਧੀ ਕੀ ਹਿੰਦੂ ਸਭਿਤਾ ਅਤੇ ਸੰਸਕ੍ਰਿਤੀ ਦੇ ਬਾਰੇ ਪਤਾ ਹੀ ਨਹੀਂ? ਫਿਰੋਜ਼ ਖਾਨ ਦਾ ਪੋਤਾ ਹੈ ਅਤੇ ਉਸ ਹਿੰਦੂ ਸਮਾਜ ਦੀ ਕਿੰਨੀ ਸੰਸਕ੍ਰਿਤੀ ਹੋਣੀ ਪਤਾ ਹੋਣੀ, ਇਹ ਸਿੱਧਾ ਹੈ। ਲੇਕਿਨ ਉਹਦੇ ਕੰਨੇ ਹੀ ਜਿਹੜੇ ਬਾਕੀ ਬੈਠੇ ਰਹੇ ਜਿਹੜੇ ਮੇਰੇ ਥਤਵਾਦੇ ਦਾ ਹੱਸਾ ਦੇ, ਉਹਨੇ ਹੀ ਤਾਂ ਸ਼ਰਮ ਹੋਣੀ ਚਾਹੀਦੀ, ਉਹਦੇ ਤਾਂ ਕਈ ਐਸੇ ਆ ਜਿਹੜੇ ਹਿੰਦੂਆਂ ਦਾ ਦਮ ਭਰਦੇ ਨੇ, ਔਰ ਉਹ ਲੋਕ ਵੀ ਮੇਰੇ ਥਪਾਣ ਔਰ ਹੱਸਣ ਤਾਂ ਬੜੇ ਸ਼ਰਮ ਦੀ ਗੱਲ ਹੈ। ਅਤੇ ਅੱਜ ਅਸੀਂ ਮੰਗ ਲਈਏ ਕਾਂਗਰਸ ਦਫ਼ਤਰ ਦੇ ਬਾਹਰ ਆਏ ਕਿ ਕਾਂਗਰਸ ਦਫ਼ਤਰ ਦਾ ਦਬਾਅ ਬਣਾ, ਜੰਮੂ ਦੇ ਲੀਡਰ ਵੀ ਜਿਹੜੇ ਰਾਹੁਲ ਗਾਂਧੀ ਕਨੇ ਗੱਲ ਕਰਨ ਔਰ ਇਹ ਵੀ ਜਵਾਬ ਦੇਣ, ਤਾਂ ਰਾਹੁਲ ਗਾਂਧੀ ਵੀ ਜਲਦ ਤੋਂ ਜਲਦ 110 ਕਰੋੜ ਹਿੰਦੂਆਂ ਕੋਲੋਂ ਮਾਫ਼ੀ ਮੰਗਣ ਦਾ ਕੰਮ ਕਰਨ ਕਿ 110 ਕਰੋੜ ਹਿੰਦੂਆਂ ਕੀ ਹਿੰਸਕ ਆਖਣਾ ਔਰ ਉਹਨੇ ਝੂਠਾ ਕਰਾਰ ਦੇਣਾ, ਇਹ ਕੁਦੇ ਵੀ ਨਾ ਸਭਿਅਤਾ ਸੰਸਕ੍ਰਿਤੀ 'ਚ ਨਹੀਂ ਹੈ। ਸਾਰੇ ਹਿੰਦੂ ਹੀ ਤਾਂ ਵਾਸੂਦੇਵ ਕੁਟੁੰਬ ਆਖਦੇ ਨੇ, ਸਾਰੇ ਵਿਸ਼ਵ ਦਾ ਕਲਿਆਣ ਹੈ ਇਸ ਪ੍ਰਕਾਰ ਦੇ ਮੰਤਰ ਬੋਲਦੇ ਨੇ। ਜਦ ਅਸੀਂ ਪੂਰੇ ਵਿਸ਼ਵ ਦਾ ਕਲਿਆਣ ਆਖ ਰਹੇ ਹਾਂ, ਉਹਦੇ ਚਿੜੀਆਂ ਚੀਟੀਆਂ ਜਿੰਨੇ, ਰਾਹੁਲ ਗਾਂਧੀ ਕਹਿ ਰਿਹਾ ਕਿ ਮੈਨੇ ਕਿਹਾ ਕਿ ਇਹ ਮੈਂ ਬੀਜੇਪੀ ਕੇ ਲਈ ਬੋਲ ਰਿਹਾ, ਮੈਂ ਹਿੰਦੂ ਕੇ ਲਈ, ਬੀਜੇਪੀ ਆਈ ਕੁਦੇ ਨਹੀਂ ਨਾ, ਸ਼ਬਦ ਸੁਣਾਇਆ ਹੀ ਨਹੀਂ ਬੀਜੇਪੀ, ਉਹਨੇ ਆਖਿਆ ਹਿੰਦੂ ਜਿਹੜੇ ਆਪਣੇ ਆਪ ਕੀ ਹਿੰਦੂ ਆਖਦੇ ਨੇ, ਬਈ ਮੈਂ ਵੀ ਹਿੰਦੂ ਆਖਣਾ ਆਪਣੇ ਆਪ ਕੀ, ਮੇਰਾ ਬੀਜੇਪੀ ਕਨੇ ਕੋਈ ਕੰਸਰਨ ਨਹੀਂ ਹੈ, ਬਈ ਤੁਹਾਡੀ ਆਸ ਪਾਸ ਦੀ ਲੜਾਈ ਹੈ ਉਹਦਾ ਤੁਸੀਂ ਪੂਰੇ ਹਿੰਦੂ ਸਮਾਜ ਕੀ ਵਿੱਚ ਲਿਆ ਦੇ, ਪੂਰੇ 110 ਕਰੋੜ ਹਿੰਦੂ ਤੁਹਾਡਾ ਕੀ ਵਿਗਾੜਿਆ, ਵੋਟ ਤਾਂ ਲਏ ਤੁਸੀਂ ਉਹਦੇ ਕੋਲੋਂ, ਹੁਣ ਵੋਟ ਹੋਈ, ਹੁਣ 5 ਸਾਲ ਬਾਅਦ ਦੁਬਾਰਾ ਵਾਰੀ ਨਹੀਂ, ਫਿਰ ਜੀ ਨਾ ਬਾਈਏ ਟੁਰੀ ਬਣੋ ਤੁਸੀਂ ਲੋਕ ਹੀ ਬੇਵਕੂ ਬਣਾਉਣ ਨਹੀਂ। ਰਾਹੁਲ ਕੋ ਨਾਮ ਦਿਆ ਗਿਆ ਪੱਪੂ, ਪੱਪੂ ਬੋਲਤੇ ਔਰ ਉਸੀ ਕੀ ਬਾਤ ਕੋ ਸੀਰੀਅਸ ਨਹੀਂ ਲੈ ਰਹੇ। ਪੱਪੂ ਨੇ ਦੇਖਿਆ, ਪੱਪੂ ਸਾਰੇ ਡੋਗਰੀ 'ਚ ਆਖਦੇ ਪੱਪੂ ਆਖਦੇ ਨਿੱਕੇ ਬੱਚੇ ਜੀ ਜਿਹੜਾ ਗੋਲ ਮਟੋਲ ਹੁੰਦਾ ਨਾ ਉਸੀ ਪੱਪੂ ਆਖਦੇ, ਅਤੇ ਉਹਦੀ ਮਾਂ ਨੇ ਉਸੀ ਵੱਡਾ ਹੋਣ ਵੀ ਨਹੀਂ ਦਿੱਤਾ, ਉਸੀ ਪੱਪੂ ਰੱਖਿਆ, ਔਰ ਉਹ ਪੱਪੂ ਕੀ ਸਦਨ ਦੇ ਅੰਦਰ ਵਿਪਕਸ਼ ਦਾ ਨੇਤਾ ਬਣਾਈ ਉੜਿਆ। ਤਾਂ ਦੱਸੋ ਜਿਹੜਾ ਬੱਚਾ ਬੋਲੇਗਾ ਫਿਰ ਕਿਹਾ ਹੋਣਾ, ਅਤੇ ਬਾਕੀ ਜਿਹੜੇ ਨਾ ਬੁੱਢੇ ਉਹ ਮੇਰੇ ਥਤਵਾ ਦੇਣ, ਜਿਹਨੇ ਕੋਈ 8 ਵਾਰੀ ਜਿੱਤਦਾ, ਕੋਈ 9 ਵਾਰੀ ਜਿੱਤਦਾ, ਕੋਈ 5 ਵਾਰੀ, ਕੋਈ 4 ਵਾਰੀ, ਅਰੇ ਉਹਨੇ ਹੀ ਤਾਂ ਅਕਲ ਹੋਣੀ ਚਾਹੀਦੀ ਸੀ ਕਿ ਇਹ ਕਿਹਾ ਬੋਲੀ ਆ ਪੱਪੂ।
ਸਦਨ ਚ ਕੀ ਬੋਲੀ ਆ। ਅੱਛਾ ਜੀ, ਕਾਂਗਰਸ ਦਫ਼ਤਰ ਕੇ ਬਾਹਰ ਆ ਗਿਆ ਪ੍ਰਦਰਸ਼ਨ, ਕਿੰਨੀ ਦੇਰ ਤੱਕ ਔਰ ਆਪਕਾ ਚਲਤਾ ਰਹੇਗਾ ਔਰ ਕਿਤਨੇ ਦਿਨੋਂ ਤੱਕ ਚਲਤਾ ਰਹੇਗਾ? ਦੇਖਿਏ, ਜਲਦ ਤੋਂ ਜਲਦ ਅਸੀਂ 48 ਘੰਟੇ ਦਾ ਟਾਈਮ ਦਿੰਦੇ ਹਾਂ ਕਿ ਸਪਸ਼ਟੀਕਰਨ ਕਾਂਗਰਸ ਦੇ ਆ, ਜੰਮੂ ਦੇ ਨੇਤਾ ਵੀ ਦੇਣ, ਉਹਦੇ ਬਾਅਦ ਜਿਹੜੇ ਰਾਹੁਲ ਗਾਂਧੀ ਨੇ ਉਹ ਵੀ ਦੇਣ, ਉਹਦੇ ਅਧਿਆਕਸ਼ ਖੜਗੇ ਵੀ ਦੇਣ, ਉਹਦੇ ਮਹਾਂ ਮੰਤਰੀ ਨੇ ਉਹ ਵੀ ਦੇਣ, ਬਈ ਸਪਸ਼ਟੀਕਰਨ ਦੇਣ ਕਿ 110 ਕਰੋੜ ਹਿੰਦੂ ਦੀ ਆਸਥਾ ਪਰ ਪ੍ਰਹਾਰ ਕਿਉਂ ਕੀਤਾ ਗਿਆ। ਮਾਫ਼ੀ ਮੰਗੇ, ਮਾਫ਼ੀ ਮੰਗਣ, 110 ਕਰੋੜ ਹਿੰਦੂਆਂ ਦਾ ਅਪਮਾਨ ਕੀਤਾ ਤਾਂ ਮਾਫ਼ੀ ਨਹੀਂ ਮੰਗਣੀ? ਇੰਨਾ ਜਾਣ ਲੱਗੇ ਉਹਨਾਂ ਕੀ ਤਾਂ ਮਾਫ਼ੀ ਮੰਗਣ, ਵਰਨਾ ਹਿੰਦੂ ਸਮਾਜ ਚੁੱਪ ਨਹੀਂ ਬੈਠੇਗਾ। ਅੱਜ ਸੰਤ ਵੀ ਜਿਹੜੇ ਨੇ ਉਹ ਵੀ ਸਟੇਟਮੈਂਟਾਂ ਬੋਲਣਾ ਦੇਣ, ਅੱਜ ਪੂਰਾ ਹਿੰਦੂ ਸਮਾਜ ਜਿਹੜਾ ਸੜਕੇ ਉੱਪਰ ਆਉਂਦਾ ਹੈ ਤਾਂ ਜਲਦ ਤੋਂ ਜਲਦ ਇਹਦੇ ਉੱਪਰ ਮਾਫ਼ੀ ਮੰਗਣ, ਨਾਲ ਤਾਂ ਇਹਦੇ ਹਾਲਾਤ ਜਿਹੜੇ ਪੂਰੇ ਦੇਸ਼ 'ਚ ਬੁਰੇ ਹੋਣ। ਮਾਫ਼ੀ ਮੰਗਣ ਦਾ ਹੱਕਦਾਰ ਨਹੀਂ, ਅਸੀਂ ਜੇਲ੍ਹ 'ਚ ਹੋਣਾ ਚਾਹੀਦਾ, ਇਸੀ ਜੇਲ੍ਹ 'ਚ ਹੋਣਾ ਚਾਹੀਦਾ। ਠੀਕ ਹੈ, ਆਹ ਸਨਾਤਨ ਧਰਮ ਦੇ ਆਦਮੀਆਂ, ਬ੍ਰਾਹਮਣਾਂ, ਹਿੰਦੂਆਂ, ਸਾਰੀ ਜਾਤਾਂ ਵਿੱਚ ਆਉਂਦੇ ਹਾਂ ਅਸ, ਉਸਨੇ ਇੱਕ ਸ਼ਿਵਜੀ ਦੀ ਮੂਰਤੀ ਲਈਏ ਲੋਕ ਸਭਾ ਦੇ ਅੰਦਰ, ਬੂਟ ਲਗਾਈਏ, ਕਿਆ ਦੱਸਣਾ ਚਾਹੁੰਦਾ ਹੈ? ਅਸ ਮੰਦਰ ਜਾਂਦੇ ਹਾਂ, ਸ਼ਿਵਜੀ ਕੀ ਪ੍ਰਣਾਮ ਕਰਨੇ ਹਾਂ, ਮੱਥਾ ਟੇਕਣੇ ਹਾਂ, ਹੱਥ ਧੋਈਏ, ਬੂਟ ਖੋਲੀਏ, ਮੱਥਾ ਟੇਕਣੇ ਹਾਂ, ਇਸ ਦੀ ਔਕਾਤ ਕਿਸ ਤਰ੍ਹਾਂ ਹੋਈ ਹੈ? ਇਹ ਆਖਾਂ ਦੇ ਉਸ ਤੋਂ ਬਾਅਦ ਮਾਫ਼ੀ ਮੰਗਣੀ ਚਾਹੀਦੀ, ਉਸਦੀ ਜੇਲ੍ਹ ਹੋਣੀ ਚਾਹੀਦੀ ਹੈ। ਕਦੇ ਉਹ ਆਖਦਾ ਕਿ ਹਿੰਦੂ ਜਿਹੜੇ ਮੰਦਰੇ ਜਾਂਦੇ ਹਨ ਅੱਖਾਂ ਮਾਰ ਦੇਣ, ਅੱਖਾਂ ਤੇਰੇ ਕਿਹੜੇ ਖਾਨਦਾਨ ਦੀਆਂ ਲੋਕ ਮਾਰੀਆਂ ਹਿੰਦੂ ਹੈ, ਸ਼ਰਮ ਕਰ, ਸ਼ਰਮ, ਵੋਟ ਹਿੰਦੂ ਦੇ 85 ਸੌ ਟਕਾ ਟਕ ਟਕਾ ਟਕ, ਸ਼ਰਮ ਆਉਣੀ ਚਾਹੀਦੀ ਇਸ ਬੰਦੇ ਕੀ।